ਇਹ ਪ੍ਰੈਸ ਕਾਨਫਰੰਸ ਤੇ ਰੇਲਰੋਕੋ ਸਾਨੂੰ ਤਾਂ ਕਰਨਾ ਪਿਆ ਕਿਉਂ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਨੁਮਾਇੰਦਗੀ ਕਰਦੀ ਹੈ ਸੈਂਟਰ ਦੇ ਵਿੱਚ ਇਹ ਵੀ ਸਾਡੀ ਗੱਲ ਨਹੀਂ ਕਰਦੀ ਤੇ ਸੈਂਟਰ ਦੇ ਵਿੱਚ ਵੀ ਗੱਲ ਨਹੀਂ ਹੁੰਦੀ ਸਿੱਖ ਕੌਮ ਦੀ ਮੈਨੂੰ ਬੋਲਣ ਵੀ ਦਿੰਦੇ ਪਾਰਲੀਮੈਂਟ ਦੇ ਵਿੱਚ ਜਦ ਕਿ ਮੈਂ ਤੁਹਾਡਾ ਐਮਪੀ ਹਾਂ ਤੇ ਫਰਜ਼ ਹੈ ਜਮਹੂਰੀਅਤ ਦੇ ਵਿੱਚ ਕਿ ਐਮਪੀ ਆਪਣੇ ਇਲਾਕੇ ਦਾ ਦੁੱਖ ਤਕਲੀਫ ਦੱਸ ਸਕੇ ਸਾਨੂੰ ਕਹਿ ਦਿੰਦੇ ਐ ਕਿ ਜੀ ਲੋਕ ਬਹੁਤ ਔਖੇ ਹੋਣਗੇ ਜੇ ਤੁਸੀਂ ਗੱਡੀਆਂ ਰੋਕੀਆਂ ਜਾਂ ਤੁਸੀਂ ਟ੍ਰੇਨਾਂ ਰੋਕੀਆਂ ਜਾਂ ਲਾਅਨ ਆਰਡਰ ਦਾ ਹੋ ਜਾਊਗਾ ਪਰ ਇਹ ਸਾਡੇ ਗੈਰ ਸਿੱਖ ਹਕੂਮਤ ਇਹ ਨਹੀਂ ਸੋਚਦੀ ਕਿ ਸਿੱਖਾਂ ਨੂੰ ਦੁੱਖ ਕਰਦਾ ਹੁਣ 32-33 ਸਾਲਾਂ ਤੋਂ ਸਾਡੇ ਸਿੱਖ ਬੰਦੀ ਬਣਾਏ ਬੈਠੇ ਐ ਉਹਨਾਂ ਨੂੰ ਛੱਡਦੇ ਨਹੀਂ ਹੈਗੇ ਤੇ ਹਾਰ ਜੇਲ੍ਹ ਦੇ ਵਿੱਚ ਸਾਡੇ ਤਖਤ ਤੇ ਜਥੇਦਾਰ ਹਮਾੜਾ ਸਾਹਿਬ ਬੈਠੇ ਐ ਫਿਰ ਉੱਥੇ ਮਲਕ ਬੈਠਾ ਕਸ਼ਮੀਰ ਦਾ ਸ਼ਬੀਰ ਸਾਹਿਬ ਬੈਠਾ ਫਿਰ ਡਿਬਰੂਗੜ੍ਹ ਦੇ ਵਿੱਚ ਸਾਰੇ ਬੈਠੇ ਐ ਆਪਣੇ ਪੰਜਾਬ ਦੇ ਵਾਰਿਸ ਵਾਰਿਸ ਪੰਜਾਬ ਦੇ ਉਹ ਭੁਖੜਤਾਲ ਦੇ ਉੱਤੇ ਹੈ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੈਠੇ ਹੈ ਵਾਰਿਸ ਪੰਜਾਬ ਦੇ ਉਹ ਵੀ ਭੁਖੜਤਾਲ ਤੇ ਹੈ ਮੈਂ ਮੰਗਦਾ ਇਜਾਜ਼ਤ ਕਿ ਡਿਬੜੂਗੜ ਜਾਣ ਦੀ ਅੰਮ੍ਰਿਤਸਰ ਜੇਲ੍ਹ ਜਾਣ ਦੀ ਤਿਹਾਰ ਜੇਲ੍ਹ ਜਾਣ ਦੀ ਉਹ ਬਤੌਰ ਮੈਨੂੰ ਐਮਪੀ ਦਿੰਦੇ ਨਹੀਂ ਤਾਂ ਮੇਰਾ ਮਸਲਬ ਹੈ ਕਿ ਸਾਡੇ ਦੁੱਖ ਤਕਲੀਫਾਂ ਦਾ ਪਤਾ ਕਿਵੇਂ ਲੱਗੂ ਕਿ ਕਿਸੇ ਨੂੰ ਕਿ ਜੇ ਸਿੱਖਾਂ ਦਾ ਨਮੈਂਦਾ ਉੱਥੇ ਜਾ ਵੀ ਨਾ ਸਾਡੇ ਕੋਲੇ ਸੀਨੀਅਰ ਪੁਲਿਸ ਅਫਸਰਾਂ ਨੇ ਟੈਲੀਫੋਨ ਆਉਂਦੇ ਆ ਜੀ ਲੋਕੀ ਬਹੁਤ ਤਕਲੀਫ ਹੋਊਗੀ ਫਲਾਂਟੇ ਹੋਗਾ ਹੁਣ ਜੇ ਤਾਂ ਮੈਂ ਹੋਵਾਂ ਕ੍ਰਿਮੀਨਲ ਤੇ ਮੇਰੀ ਬਣਾਉਣਾ ਚਾਹਣ ਹਿਸਟਰੀ ਸ਼ੀਟ ਤੇ ਮੈਂ ਕਿਹਾ ਜਨਾਬ ਮੈਂ ਅੱਗੇ ਤੋਂ ਨਹੀਂ ਕਰਦਾ ਤੇ ਮੇਰੀ ਹਿਸਟਰੀ ਸ਼ੀਟ ਨਾ ਬਣਾਇਓ ਤੇ ਪੁਲਿਸ ਤੇ ਸਰਕਾਰ ਮੰਨ ਜਾਂਦੀ ਹੈ ਪਰ ਸਾਡੇ ਕ੍ਰਿਮੀਨਲ ਇਸ਼ੂਸ ਨਹੀਂ ਹੈ ਸਾਡੇ ਪੋਲੀਟਿਕਲ ਦੁੱਖ ਤਕਲੀਫਾਂ ਹੈਗੀਆਂ ਸਾਡੇ ਮਜਬਦ ਦੀ ਸਾਡੀ ਕੌਮ ਦੀ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਸਿੱਖਾਂ ਨੂੰ ਮੋਦੀ ਸਾਹਿਬ ਨੇ ਫੇਰ ਹੋਮ ਮਨਿਸਟਰ ਨੇ ਫੇਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਨਵੀਂ ਪੋਲਿਸੀ ਖੋਲੀ ਹੈ ਕਿ ਕੈਂਡੀਡੇਟਾਂ ਦੇ ਵਿੱਚ ਸਿੱਖਾਂ ਨੂੰ ਮਰਵਾ ਦਿਓ ਹੁਣ ਕੈਨੇਡਾ ਦੇ ਵਿੱਚ ਮਰਵਾਤਾ ਇਹ ਨੱਜਰ ਸਾਹਿਬ ਮਰਵਾਤਾ ਹਰਦੀਪ ਸਿੰਘ ਜਿੱਪੂ ਦਮਨ ਸਿੰਘ ਮਲਕ ਮਰਵਾਤਾ ਕੈਨੇਡਾ ਦੇ ਵਿੱਚ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਰਵਾਤਾ ਬ੍ਰਿਟਾਨੀਆ ਦੇ ਇਫਤਾਰ ਸਿੰਘ ਠੰਡਾ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਮਾਰਤਾ ਲਖਬੀਰ ਸਿੰਘ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਾਰਤਾ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਮਾਰਤਾ ਮੂਸੇਬਾਲੂ ਪੰਜਾਬ ਦੇ ਵਿੱਚ ਮਾਰਤਾ 10 ਸਾਲਾਂ ਦੇ ਵਿੱਚ ਬੀਜੇਪੀ ਨੇ ਕੋਈ ਸਾਨੂੰ ਪ੍ਰੋਜੈਕਟ ਨਹੀਂ ਦਿੱਤਾ ਹੁਣ 46 ਲੱਖ ਸਾਡੇ ਬੇਰੁਜ਼ਗਾਰ ਨੌਜਵਾਨ ਹੈ ਕਿ ਉਹ ਕਿੱਥੇ ਜਾਣ ਕੋਈ ਕਿਸੇ ਨੂੰ ਨਹੀਂ ਪਤਾ ਕਿ ਕਿੱਥੇ ਉਹ ਜਾਣਗੇ ਕਿੱਥੇ ਨਹੀਂ ਸਾਜ ਨਾਲ ਤਾਂ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਅੱਗ ਲੱਗੇ ਪਈ ਹੈ ਅਮਰੀਕਾ ਕਹਿ ਰਿਹਾ ਹੈ ਕਿ ਸਾਨੂੰ ਦੱਸੋ ਕਿ ਤੁਸੀਂ ਪੰਨੂ ਨੂੰ ਜਿਹੜਾ ਮਰਵਾਉਣਾ ਸੀ ਅਮਰੀਕਾ ਦੇ ਵਿੱਚੋਂ ਤਾਂ ਅਸੀਂ ਫੜ ਲਿਆ ਪਰ ਇਹ ਸਕੀਮ ਕਿੱਥੇ ਘਟ ਹੋਈ ਹੈ ਅਜੇ ਤੱਕ ਅਮਰੀਕਾ ਨੂੰ ਰਿਪੋਰਟ ਹੀ ਨਹੀਂ ਦਿੱਤੀ ਫਿਰ ਅਮਰੀਕਾ ਇਹਨਾਂ ਨੂੰ ਸਾਰਾ ਅਸਲਾ ਦੇ ਰਿਹਾ ਸਾਰਾ ਕੁਝ ਦੇ ਰਿਹਾ ਪਰ ਅਮਰੀਕਾ ਕਹਿੰਦਾ ਅਸੀਂ ਨਹੀਂ برداشت ਕਰਨਾ ਬਾਕੀ ਦੇ ਮੁਲਕ ਕਹਿੰਦੇ ਅਸੀਂ برداشت ਨਹੀਂ ਕਰਦਾ ਕਿ ਸਾਡੀ ਬਾਦਸ਼ਾਹੀ ਦੇ ਅੰਦਰ ਆ ਕੇ ਦੂਜਾ ਮੁਲਕ ਸਾਡੇ ਸ਼ਹੀਦ ਸਿੱਖ ਨੂੰ ਜਾਂ ਕਿਸ ਨੂੰ ਗੋਲੀ ਮਰਵਾ ਦੇ ਹੁਣ ਇਹ ਸਾਰੀਆਂ ਚੀਜ਼ਾਂ ਇਹ ਸਰਕਾਰ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਝੂਠੇ ਮੁਕਾਬਲੇ ਸ਼ੁਰੂ ਕਰ ਦਿੱਤੇ ਹੈਗੇ ਇੱਥੇ ਕਦੇ ਇਹ ਆ ਝੰਡੇ ਵਾਲੇ ਦੇ ਵਿੱਚ ਮਾਰਤਾ ਬੰਦਾ ਫਿਰ ਇੱਥੇ ਆ ਇੱਥੇ ਨੇੜੇ ਇਹ ਆਪਣੇ ਤਰਨਤੋ ਦੇ ਮਾਰਤਾ ਫਿਰ ਤਲਵੰਡੀ ਫਿਰੋਜ਼ਪੁਰ ਦੀ ਮਾਰਤਾ ਝੰਡੇ ਵਾਲੇ ਸਮਾਰਤਾ ਜ਼ੀਰੇ ਸਮਾਰਤਾ ਫੇਕ ਕਾਊਂਟਰਟ ਜੇ ਕੋਈ ਗੈਂਗਸਟਰਸ ਹੈਗੇ ਆ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨੂੰ ਸਮਾਜ ਦੇ ਵਿੱਚ ਵਾਪਸ ਲੈ ਕੇ ਆਈਏ ਐ ਫੜ ਫੜ ਕੇ ਫਿਰ ਇਹ ਗੈਰ ਕਾਨੂੰਨੀ ਅਨ ਕਨਸਟੀਟਿਊਸ਼ਨਲ ਚੀਜ਼ਾਂ ਨਾ ਤਾਂ ਹਾਈ ਕੋਰਟ ਨੂੰ ਕਰਦੀ ਹੈ ਤੇ ਨਾ ਸੁਪਰੀਮ ਕੋਰਟ ਦੇਖਦੀ ਹੈ ਕਿ ਸਾਡੀ ਕਨਸਟੀਟਿਊਸ਼ਨ ਨੂੰ ਬਰਬਾਦ ਕਰੀ ਜਾਂਦੇ ਐ ਕਸ਼ਮੀਰ ਦੇ ਵਿੱਚ ਵੀ ਹੁਣ ਉੱਥੇ ਪੰਜਾਬੀ ਸਿੱਖਾਂ ਦੇ ਦੀ ਖਤਮ ਕਰ ਦਿੱਤੀ ਹੈ ਜਦ ਕਿ ਭੱਜੇ ਨੱਠੇ ਪੰਡਤ ਨੇ ਸਿੱਖ ਕਸ਼ਮੀਰ ਤੋਂ ਹਿਜਰਤ ਨਹੀਂ ਕੀਤੀ ਪਰ ਉੱਥੇ ਪੰਜਾਬੀ ਖਤਮ ਕਰ ਦਿੱਤੀ ਹੈ ਹੁਣ ਜਾਈਏ ਕਿੱਥੇ ਅਸੀਂ ਕਹਿੰਦੇ ਆ ਕਿ ਬਾਰਡਰ ਡਬਲਯੂ ਟੂ ਯੂ ਕਹਿੰਦਾ ਕਿ ਬਾਰਡਰ ਖੋਲੋ ਇੰਟਰਨੈਸ਼ਨਲ ਅਸੀਂ ਕਹਿੰਦੇ ਆ ਵਾਕੇ ਤਾਂ ਬਾਰਡਰ ਖੋਲ ਦੋ ਉਹਦੇ ਵਿੱਚ ਕੀ ਹੈ ਸਾਡੇ ਲਾਲਿਆਂ ਨੂੰ ਬਾਣੀਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਫਾਰਮਰਸ ਨੇ ਉਹਨਾਂ ਨੂੰ ਫਾਇਦਾ ਹੋਊਗਾ ਕਿ ਬਾਰਡਰ ਖੁੱਲ ਗਿਆ ਟਰੇਡ ਵਧੂਗੀ ਮੈਨੂਫੈਕਚਰਿੰਗ ਵਧੂਗੀ ਇੱਦਾਂ ਨੌਕਰੀਆਂ ਸਾਰੀਆਂ ਵਧਣਗੀਆਂ ਅਸੀਂ ਕਹਿੰਦੇ ਆ ਕਿ ਪਾਕਿਸਤਾਨ ਦੇ ਨਾਲ ਬਾਰਡਰ ਖੋਲੋ ਜਿੱਦ ਨਾਲ ਸਾਡੀਆਂ ਜਨਸਾਂ ਬਾਹਰ ਜਾਣ ਸਾਡੇ ਜਿਹੜੇ ਫਾਰਮਰਸ ਨੇ ਉਹਨਾਂ ਦਾ ਬਿਲਕੁਲ ਹੀ ਨਹੀਂ ਇਹਨਾਂ ਨੂੰ ਖਿਆਲ ਹੈਗਾ ਉਹਨਾਂ ਦੀ ਇਹ ਜਿਹੜੀ ਇਹ ਲੋਨਸ ਨੇ ਵੱਡੇ ਵੱਡੇ ਸ਼ੌਕਰਾਂ ਦੇ ਤਾਂ ਲੋਨਸ ਮਾਫ ਕਰਤੇ ਤੇ ਜੇ ਇਹਨਾਂ ਤੇ ਮਾਫ ਕਰਦੇ ਇਹ ਤੇ ਕੀ ਕਰਦਾ ਹੁਣ ਕਾਨੂੰਨ ਆਰਟੀਕਲ 14 ਕਨਸਟੀਟਿਊਸ਼ਨ ਦੀ ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਜੇ ਸਾਰੇ ਬਰਾਬਰ ਹਨ ਜੇ ਸ਼ੌਕਕਾਰਾਂ ਦੇ ਲੋਨ ਮaaf ਕੀਤੇ ਆ ਤੇ ਫਿਰ ਜ਼ਿਮੀਂਦਾਰਾਂ ਦੇ ਕਿਉਂ ਨਹੀਂ ਕਰਦੇ ਹੈਗੇ ਗਰੀਬਾਂ ਦੇ ਕਿਉਂ ਨਹੀਂ ਕਰਦੇ ਹੈਗੇ ਫਿਰ ਜਿਹੜੀ ਉਹ ਰਿਪੋਰਟ ਹੈ ਕੀ ਹੈ ਇਹ ਸੁਮਿੰਨਾਥ ਨੂੰ ਨਹੀਂ ਲਾਗੂ ਕਰਦੇ ਹੈਗੇ ਲੋਨਸ ਵੀ ਕਰਦੇ ਐਮਐਸਪੀ ਨੂੰ ਕਾਨੂੰਨੀ ਜਾਮਾ ਨਹੀਂ ਪਣਾ ਰਹੇ ਉਹਦੇ 'ਚ ਕੀ ਹੱਲ ਹੈਗਾ ਸਾਰੀ ਦੁਨੀਆ ਨੂੰ ਅਸੀਂ ਐਕਸਪੋਰਟ ਕਰਨ ਲੱਗ ਪਏ ਹਾਂ ਜਿੱਥੇ ਅਸੀਂ ਮੰਗਦੇ ਹੁੰਦੇ ਸੀ ਜੇ ਚੌਲ ਤੇ wheat ਤੇ ਇਹ ਕਣਕ ਤੇ ਦੂਸਰਾ ਯੂਕਰੇਨ ਤੇ ਰਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਹੁੰਦੀ ਸੀ ਉੱਥੇ ਤਾਂ ਜੰਗ ਲੱਗਿਆ ਹੋਇਆ ਤੇ ਉੱਥੇ ਤਾਂ ਕਣਕ ਹੀ ਨਹੀਂ 2-3 ਸਾਲਾਂ ਤੋਂ ਹੋ ਰਹੀ ਤੇ ਇਹ ਤਾਂ ਏਰੀਆ ਹੈਗਾ ਜਿਹੜਾ ਇਹ ਸਾਰੇ ਵਰਲਡ ਨੂੰ ਫੀਡ ਕਰਦਾ ਸੌਰੀ ਤੁਸੀਂ ਅੱਜ ਰੇਲਾਂ ਰੋਕਣੀਆਂ ਸੀ ਤਾਂ ਸਾਨੂੰ ਨਜ਼ਰਬੰਦ ਕੀਤਾ ਗਿਆ ਇਸ ਤੇ ਕੀ ਬਣਵਾ ਚਾਹੋ ਮੈਂ ਉਹੀ ਤਾਂ ਗੱਲ ਕਰਨੀ ਹੈ ਨਾ ਕਿ ਰੀਜ਼ਨ ਤਾਂ ਦੱਸਿਆ ਨਾ ਉਹ ਤਾਂ ਸੁਣ ਲਓ ਮੇਰੇ ਤੁਸੀਂ ਬਾਕੀ ਤਾਂ ਨਾ ਸੁਣਿਓ ਜਿਹੜੇ ਮੈਂ ਰੀਜ਼ਨ ਦੇ ਰਿਹਾ ਚੂ ਰੇਲ ਰੋਕ ਕੋ ਕੀਤੀ ਹੈ ਉਹਦਾ ਰੀਜ਼ਨ ਐ ਮੈਂ ਥੋੜੀ ਇਹ ਉੱਠ ਕੇ ਮੈਂ 12 ਵਜੇ ਰਾਤ ਦੇ ਕਹਤਾ ਕਿ ਰੇਲ ਰੋਕ ਦੋ ਉਹਦੇ ਮੈਂ ਰੀਜ਼ਨਸ ਦੇ ਰਿਹਾ ਤੇ ਤਮੀਜ਼ ਦੇ ਨਾਲ ਉਹ ਸੁਣ ਲੋ ਤੁਸੀਂ ਫਿਰ ਇਹ ਫਾਰਮਰਸ ਨੂੰ ਇਹ ਬਾਰਡਰ ਦੇ ਉੱਤੇ ਗੋਲੀਆਂ ਮਾਰੀਆਂ ਹੈਗੀਆਂ ਬੀਜਪੀ ਨੇ ਆਰਐਸਐਸ ਨੇ ਕਿ ਜਥੇਬੰਦੀ ਮਿਲਟਰੀ ਫੋਰਸ ਲੈਦਰ ਬਣਾਤੀ ਹੈ ਜਿਹੜਾ ਵੀ ਅਸਲਾ ਬਾਰਡਰ ਤੋਂ ਆਉਂਦਾ ਹੈ ਇੱਕ ਕਦੇ ਨਹੀਂ ਦੱਸਦੇ ਕਿ ਉਹ ਕਿੱਥੇ ਜਾਂਦਾ ਹੈਗਾ ਉਹ ਸਾਰਾ ਜਿਹੜਾ RSS ਦੀ ਫੌਜ ਮਿਲਟਰੀ ਬਣ ਰਹੀ ਹੈ ਉਸ ਨੂੰ ਇਹ ਹਸਲਾ ਦੇ ਜਾਂਦੇ ਉਹਨਾਂ ਨੂੰ ਟ੍ਰੇਨਿੰਗ ਦੇ ਹੀ ਜਾਂਦੇ ਹੈ ਤੇ 퍼ਫੋਰਮੈਂਸ ਦੇ ਉੱਤੇ ਸ਼ੰਭੂ ਵੀ ਤੇ ਇਧਰਲੇ ਖਨੋਰੀ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਹੈ ਕਿਆਂ ਉਹਨਾਂ ਦੇ ਟਰੈਕਟਰਾਂ ਦੇ ਇੰਜਣਾਂ ਦੇ ਵਿੱਚ ਖੰਡ ਪਾਤੀ ਹੈ ਕਿ ਉਹ ਸੀਜ਼ ਕਰ ਜਾਂਣ ਇੰਜਣ ਟਰਾਲੀਆਂ ਤੋੜਤੀਆਂ ਉਹਨਾਂ ਦੀਆਂ ਮੋਟਰਾਂ ਤੋੜਤੀ ਹੈ ਮੇਰਾ ਮਤਲਬ ਫਿਰ ਜ਼ੀਰੋ ਐਫ ਆਈ ਆਰ ਹੈ ਉੱਥੇ ਸਾਰੇ ਪੰਜਾਬ ਦੇ ਅਫਸਰ ਸੀਗੇ ਤੇ ਜ਼ੀਰੋ ਐਫ ਆਈ ਆਰ ਮੇਰਾ ਮਤਲਬ ਹੈ ਕਾਦੇਲੀ ਲਾਂਚ ਕੀਤੀ ਹੈ ਜੀ ਦਾ ਮਤਲਬ ਹੈ ਕਿ ਉਹਦੇ ਚ ਕੋਈ ਮੁਲਜ਼ਮ ਹੀ ਨਹੀਂ ਦਿਖਾਇਆ ਨਾ ਤਾਂ ਉੱਥੇ ਨਾ ਹੋਮ ਮਿਨਿਸਟਰ ਦਿਖਾਇਆ ਵਿੱਚ ਨਾ ਉੱਥੋਂ ਦੀ ਪੁਲਿਸ ਡੀਜੀਪੀ ਦਿਖਾਈ ਹੈ ਨਾ ਕਿਤੇ ਸਰਕਾਰ ਦਾ ਨਾਂ ਲਿਆ ਇਸ ਤਰ੍ਹਾਂ ਐਫ ਆਈ ਆਰ ਲਿਖਾਤੀ ਹੈ ਮੇਰਾ ਮਤਲਬ ਇਹ ਹੈਂਦਾ ਕਿ ਕੋਈ ਵੀ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਇਸ ਕਰਕੇ ਇਹ ਨਾ ਹੀ ਇਹ ਤੇ ਰਡ ਵੱਜੀ ਜਾਂਦੀ ਹੈ ਈਦੀ ਦੀਆਂ ਰੇਡਾਂ ਵੱਜੀ ਜਾਂਦੀਆਂ सीबीआई ਦੀਆਂ ਵੱਡੀਆਂ ਹੋ ਰਹੀਆਂ ਜਿੰਨੇ ਵੀ ਸਾਡੇ ਸਿੱਖ ਲੀਡਰ ਹੈ ਉਹ ਡਰਦੇ ਬੀਜੇਪੀ ਚ ਭਰਤੀ ਹੋਈ ਜਾਂਦੇ ਆ ਨਾ ਉਹਨਾਂ ਦੇ ਕੋਲੇ ਬੰਦਾ ਨਾ ਫਰੰਦਾ ਤੇ ਬੀਜੇਪੀ ਕੀ ਕਰੂਗੀ ਇਹੋ ਜਿਹੇ ਬੰਦਿਆਂ ਨੂੰ ਲੈ ਕੇ ਇਹ ਮੇਰੀ ਸਮਝ ਤੋਂ ਅਲੱਗ ਹੈ ਪਰ ਮੇਰਾ ਮਤਲਬ ਹੈ ਕਿ ਇਹਨਾਂ ਨੂੰ ਡਰਾ ਕੇ ਧਮਕਾ ਕੇ ਬੀਜੇਪੀ ਚ ਵੜੀ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਇਹਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਵੇ ਤੇ ਹੁਣ ਜ਼ਬਰਦਸਤ ਸੀ ਬਾਦਲ ਦੇ ਨਾਲ ਬੀਜੇਪੀ ਦੀ ਸੁਣਾ ਹੋ ਰਹੀ ਹੈ ਕਿ ਇਹ ਕਿਸੇ ਤਰ੍ਹਾਂ ਅਕਾਲੀ ਦਲ ਅੰਬਰਸਰ ਤੇ ਦੂਜੀਆਂ ਪਾਰਟੀਆਂ ਫੇਰ ਨਾ ਪਾਰਲਮੈਂਟਸ ਪਹੁੰਚ ਜਾਣ ਜੇ ਪਾਰਲਮੈਂਟ ਤੁਸੀਂ ਜਾਣਦੇ ਆ ਜਿੱਥੇ ਸਾਡਾ ਹੱਕ ਹੈ ਬੋਲਣ ਦਾ ਉੱਥੇ ਮੈਨੂੰ ਸਿਮਰਨਜੀਤ ਚੰਮਣ ਨੂੰ ਬੋਲਣ ਹੀ ਨਹੀਂ ਦਿੰਦੇ ਉੱਥੋਂ ਦਾ ਸਪੀਕਰ ਬਿਰਲਾ ਸਾਹਿਬ ਉਹ ਕਹਿੰਦਾ ਨਹੀਂ ਉਹ ਤਾਂ ਦੇਖਦਾ ਹੀ ਸਰਕਾਰ ਵੱਲ ਪਾਸੇ ਸਾਡੇ ਵੱਲ ਤਾਂ ਦੇਖਦੇ ਹੀ ਨਹੀਂ ਸੋ ਇਹ ਸਾਰੀ ਗੱਲ ਚੀਜ਼ਾਂ ਹੈ ਜਿਹੜੀਆਂ ਇਹ ਕੋਈ ਪ੍ਰੋਜੈਕਟ ਨਹੀਂ ਸਾਡੇ ਪੰਜਾਬ ਦੇ ਵਿੱਚ ਲਾਇਆ ਸਾਡੇ ਹੈਡਵਰਕ ਸਾਨੂੰ ਨਹੀਂ ਦਿੰਦੇ ਸਾਡੇ ਪੰਜਾਬੀ ਇਲਾਕੇ ਜਿਹੜੇ ਹਿਮਾਚਲ ਚ ਹੈ ਚੰਡੀਗੜ੍ਹ ਹੈ ਰਾਜਸਥਾਨ ਚ ਹੈ ਹਰਿਆਣਾ ਚ ਹੈ ਉਹ ਉਹਦੀ ਗੱਲ ਨਹੀਂ ਕਰਦੇ ਹੈਗੇ ਪਾਣੀ ਸਾਡੇ ਲਈ ਜਾਂਦੇ ਹੈ ਰਿਪੇਰੀਡ ਲੋ ਦੇ ਖਿਲਾਫ ਕਨਸਟੀਟਿਊਸ਼ਨ ਦੇ ਖਿਲਾਫ ਤਾਂ ਮੇਰਾ ਮਤਲਬ ਹੈ ਕਿਹੜੇ ਪਾਸੇ ਅਸੀਂ ਜਾਈਏ ਡਿਬਰੂਗੜ੍ਹ ਇਹ ਜਿਲ੍ਹੇ ਉੱਥੇ ਨਹੀਂ ਜਾਣ ਦਿੰਦੇ ਮੰਤਰੀ ਤੁਸੀਂ ਆਪਣਾ ਜਿਹੜਾ ਹੈਗਾ ਵੀ ਜਿਹੜਾ ਐਮਪੀ ਦੇ ਅੱਜ ਤੁਹਾਨੂੰ ਅਰਸ ਹੌਸ ਕੀਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਕੀ ਥੋੜੀ ਇੱਕ ਐਮਪੀ ਨੂੰ ਅਰਸ ਹੌਸ ਕਰਾ ਲਮਾਂਨ ਕੀਤੀ ਮੈਂ ਤੁਹਾਨੂੰ ਸਾਰੇ ਤੋਂ ਦੱਸ ਦਿੰਦਾ ਕਿ ਪਾਰਲੀਮੈਂਟਸ ਨਹੀਂ ਬੋਲਣ ਦਿੰਦੇ ਕਿ ਇੱਥੇ ਇੱਥੇ ਤਾਂ ਹਾਊਸ ਰਿਸਟ ਤਾਂ ਬਹੁਤ ਸਿੰਪਲ ਹੈ ਮੈਨੂੰ ਤਾਂ ਪਾਰਲੀਮੈਂਟਸ ਨਹੀਂ ਬੋਲਣ ਦਿੰਦੇ ਉੱਥੇ ਅੜ ਜਾਂਦੇ ਆ ਕਿ ਤਨ ਟਾਈਮ ਨਹੀਂ ਦੇਣਾ ਕਿਉਂ ਕਰਕੇ ਤੂੰ ਸਿੱਖਾਂ ਦੀ ਗੱਲ ਕਰੇਗਾ ਜਿਹੜੇ ਸਿੱਖ ਬਾਹਰ ਮਾਰੇ ਆ ਮੁਲਕਾਂ ਦੇ ਵਿੱਚ ਕੈਂਡੀਡੇਟ ਯੂਕੇ ਦੇ ਵਿੱਚ ਉੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਗੱਲ ਕਰੇਗਾ ਕੀ ਸਾਡੀ ਬੇਇੱਜ਼ਤੀ ਹੋਊਗੀ ਬੇਇੱਜ਼ਤੀ ਕਾਜੀ ਹੋਊਗੀ ਲੋਕਾਂ ਨੂੰ ਪਤਾ ਲੱਗੂਗਾ ਕਿ ਇਥੋਂ ਦਾ ਐਮਪੀ ਇਹ ਕੱਲ ਕਰ ਰਿਹਾ ਹੈ ਮੇਰੇ ਸੰਗਰੂਰ ਦੇ ਵਿੱਚ ਇੱਥੇ ਕਤਲ ਕਰਤਾ ਉਹਦਾ ਇਹ ਕਾਲੇ ਦਾ ਇੱਥੇ ਤਨੌਲੇ ਫਿਰ ਉਹ ਜਿਹੜਾ ਸਿੱਧੂ ਸੀਗਾ ਉਹਨੂੰ ਨਜਾਇਜ਼ ਫੜ ਕੇ ਇਹ ਕਿੰਨੇ ਦਿਨ ਉਹਦੇ ਮੁਕੱਦਮੇ ਬਣਾਤੇ ਇੱਥੇ ਲਾਉਣ ਆਰਡਰ ਪ੍ਰੋਬਲਮ ਬਣਾਤਾ ਸਾਡੇ ਦੁਕਾਨਦਾਰ ਡਰ ਗਏ ਕਿ ਇੱਥੇ ਤਾਂ ਲੋਕੀ ਫੇਰ ਇਹ ਸਟ੍ਰੀਟਸ ਦੇ ਉੱਤੇ ਆ ਗਏ ਮੇਰਾ ਮਤਲਬ ਹੈ ਕਿ ਸਾਡੇ ਜਿਹੜੇ ਇਹ ਲਾਲੇ ਬਣ ਗਏ ਹੈ ਸ਼ਰੀ ਹੈ ਉਹਨਾਂ ਨੂੰ ਡਰੋਂ ਦਾ ਕੀ ਮਤਲਬ ਉਹ ਜਿਹੜੇ ਪਾਣਾ ਸਿੱਤੂ ਐ ਇਹ ਪਾਣਾ ਸੁਧੀ ਸੀ ਨਾ ਉਹਦੇ ਉੱਤੇ ਉਹਦੇ ਕੋਰਟ ਦੂਨੇ ਤਾਂ ਉਹਦੇ ਉੱਤੇ ਝੂਠੇ ਕੇਸ ਕਰਤੇ ਫਿਰ ਉਹ ਵਾਪਸ ਲੈ ਲੇ ਸਾਨੂੰ ਕੀ ਸਮਝਦੇ ਅਸੀਂ ਕ੍ਰਿਮਿਨਲਸ ਐ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਦੇ ਉਹ ਤੁਹਾਡੇ ਸਾਹਮਣੇ ਬੰਦਿਆਂ ਨਾਲ ਗੱਲ ਕਰ ਲੈਂਦੇ ਆ ਕਦੇ ਇਧਰਲੇ ਬੰਦਿਆਂ ਨਾਲ ਗੱਲ ਕਰ ਦਿੰਦੇ ਆ ਸਾਨੂੰ ਤਾਂ ਟਿੱਕ ਕਰਕੇ ਸਮਝਦੇ ਆ ਜੀ ਅੱਛਾ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਹਾਂਜੀ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਹਾਂ ਵੀ ਗੈਂਗਸਟਰ ਨਾਲ ਗੱਲਬਾਤ ਕਰਨੀ ਚਾਹੀਦੀ ਆ ਜ਼ਰੂਰੀ ਹੈ ਉਹ ਇਹ ਉਹੀ ਗੈਂਗਸਟਰ ਨੇ ਜਿਨ੍ਹਾਂ ਨੇ ਜੀ ਦੀ ਉਹਨੂੰ ਸੇਦੂ ਮੂਸੇਵਾਲਾ ਨੂੰ ਮਾਰੇ ਉਹਦਾਂ ਵੀ ਗੱਲਬਾਤ ਕਰਨੀ ਚਾਹੀਦੀ ਸਾਰਿਆਂ ਨਾਲ ਗੱਲਬਾਤ ਕਰੋ ਜੀ ਸਾਰਿਆਂ ਨੂੰ ਲੈ ਕੇ ਆਓ ਅੰਦਰ ਪਰ ਉਹਨਾਂ ਨੂੰ ਸਜ਼ਾ ਵੀ ਤਾਂ ਹੋਊਗੀ ਉਹਨਾਂ ਨੂੰ ਭਾਈ ਸਾਹਿਬ ਸਜ਼ਾ ਵੀ ਤਾਂ ਹੋਊਗੀ ਨਾ ਪਰ ਉਹਨਾਂ ਨੂੰ ਫੇਰ ਸੋਸਾਇਟੀ ਦੇ ਵਿੱਚ ਆਪਾਂ ਇੰਟਰੋਡਿਊਸ ਕਰਾਂਗੇ ਇਹ ਤਾਂ ਨਹੀਂ ਹੈ ਕਿ ਤੁਸੀਂ ਰਿਪੋਰਟਰ ਹੋ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਆਖੇ ਗੋਲੀ ਕੋਈ ਮਾਰ ਦੇਵੇ ਐਂ ਤਾਂ ਨਹੀਂ ਨਾ ਹੋਣਾ ਚਾਹੀਦਾ ਸਮਾਜ ਦੇ ਵਿੱਚ ਸਮਾਜ ਦੇ ਵਿੱਚ ਤਾਂ ਗੋਲੀ ਤਾਂ ਵੱਜਣੀ ਚਾਹੀਦੀ ਹੈ ਜੇ ਕਿਸੇ ਨੂੰ ਸ਼ਿਕਾਇਤ ਹੋਵੇ ਜਾਂ ਕਿਸੇ ਨੂੰ ਦਬਕਾ ਆਵੇ ਜਾਂ ਕੁਛ ਆਵੇ ਚੁੱਪ ਕਰਕੇ ਕੋਈ ਮਾਰ ਜਾਂਦਾ ਇਹੋ ਜਿਹੇ ਇਹ ਪੰਜਾਬ ਥੋੜੀ ਆਪਾਂ ਚਾਹੁੰਦੇ ਹਰਿਆਣੇ ਦੇ ਵਿੱਚ ਦੇਖ ਲਓ ਕਿੰਨੇ ਕਤਲ ਹੋ ਗਏ ਉਹ ਰਾਤੀ ਦਾ ਕਤਲ ਹੋ ਗਿਆ ਜਿਹੜਾ ਇਹ ਲੀਡਰ ਸੀਗਾ ਫੇਰ ਅੱਜ ਫੇਰ ਇੱਕ ਸਰਪੰਚ ਨੂੰ ਮਾਰਤਾ ਹੈ ਇੱਕ ਗੁਰਗਾਉਂ ਦੇ ਵਿੱਚ ਬੰਦਾ ਮਾਰਤਾ ਹੈ ਮੇਰਾ ਮਤਲਬ ਤੁਸੀਂ ਇਹੋ ਜਿਹੇ ਰਾਜ ਤੋਂ ਦੇ ਆ ਜਿੱਥੇ ਇਹ ਬੰਦੇ ਚੁਪੇ ਹੋਏ ਜਾ ਕੇ ਲੋਕਾਂ ਨੂੰ ਮਾਰਦੇ ਨੇ ਉਹਨਾਂ ਨੂੰ ਅੰਦਰ ਆਪਾਂ ਸਿਸੀਅਲ ਕੀ ਦੇ ਵਿੱਚ ਲੈ ਕੇ ਆਈਏ ਉਹਨਾਂ ਨੂੰ ਜਿਹੜੀ ਇਹ ਪਨਿਸ਼ਮੈਂਟ ਮਿਲਦੀ ਹੈ ਉਹ ਤਾਂ ਮਿਲੂਗੀ ਪਰ ਪਰ ਫਿਰ ਫਿਰ ਬੇਲ ਜਿਹੜਾ ਇਹ ਆਸਾਦ ਹੈ ਸਰਸੇਵਾਲਾ ਉਹਨੇ ਇੰਨੇ ਮਾੜੇ ਕੰਮ ਕੀਤੇ ਸਿੱਖਾਂ ਨੂੰ ਕਤਲ ਕੀਤਾ ਸਿੱਖਾਂ ਦੇ ਖਿਲਾਫ ਬੋਲਦਾ ਹੈ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨੂੰ ਇਹ ਬੇਲ ਦੇ ਉੱਤੇ ਛੱਡੀ ਜਾਂਦੇ ਆ ਜੀ ਇੱਕ ਹੀ ਗੱਲ ਹੈ ਜੀ ਮੇਰੇ ਮਤਕ ਕਿਤਨਾ ਕਿਤੇ ਤੁਸੀਂ ਕਦੇ ਵੀ ਤੁਸੀਂ ਸਾਰੇ ਇੰਡੀਪੈਂਡੈਂਟ ਸ਼ਾਇਦ ਹੈਗੇ ਹੋ ਨਿਊਜ਼ਮੈਨ ਕਦੇ ਵੀ ਸਿੱਖ ਪੌਂ ਦੀ ਗੱਲ ਕਿਤੇ ਚੰਡੀਗੜ੍ਹ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਹੋਈ ਹੈ ਇਹ ਕਬ ਅਗਲਾ ਕੀ ਪ੍ਰੋਗਰਾਮ ਆ ਪਾਰਟੀ ਦਾ ਹੁਣ ਅੱਜ ਦੇਖਦੇ ਹਾਂ ਜੀ ਕੀ ਰਿਸਪੌਂਸ ਹੈ ਇਹ ਵੇਲ ਵਿਦਾ ਤੇ ਅਸੀਂ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਹੈ ਜੋ ਤੋ ਜੈਦਾ ਉਹ ਨਾ ਤ ਪੂਰੀ سپورਟ ਦਿੱਤੀ ਹੋਈ ਹੈ ਤਰੇ ਅਸੀਂ ਇੱਥੇ ਆ ਕਿ ਸਾਰੇ ਇਕੱਠੇ ਹੋ ਇਕੱਠੇ ਹੋ ਇਕੱਠੇ ਕਹਿਣ ਕਹਿ ਕੇ ਅੱਜ ਉਹ ਇੱਕ ਮੰਚ ਦੇ ਉੱਤੇ ਆ ਗਏ ਐ ਸਾਨੂੰ ਸ਼ਾਂਤੀ ਐ ਤੇ ਇਹਨਾਂ ਦੀਆਂ ਮੰਗਾਂ ਜਾਇਜ਼ ਹੈ ਕਿਆਂ ਇਹ ਮੰਨ ਜਾਣੀਆਂ ਚਾਹੀਦੀਆਂ ਸਰਕਾਰ ਨੂੰ ਮਨ ਤੋਂ ਤੁਹਾਡੇ ਬੋਲ ਇਲੈਕਸ਼ਨ ਦੀ ਕੀ ਤਿਆਰੀ ਐ ਐਮਪੀ ਚੋਣਾਂ ਦੁਬਾਰਾ ਆ ਰਹੀਆਂ ਉਹ ਤਾਂ ਤੁਸੀਂ ਇੱਥੋਂ ਨੇ ਪਿੰਡ-ਪਿੰਡ ਕਿੱਸੀ ਤਾਂ ਸਾਡੇ ਕਾਰਡਸ ਪਹੁੰਚੇ ਹੋਏ ਐ ਅਸੀਂ ਸਾਰੇ ਗ੍ਰਾਂਡਸ ਮੰਡੇ ਹੋਏ ਐ ਸਾਰੇ ਪਾਸੇ ਇਹ ਤਿਆਰੀ ਐ ਸਾਡਾ ਕੌਸ਼ਨ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਤੁਸੀਂ ਗੈਂਗਸਟਰਾਂ ਦੀ ਗੱਲ ਕੀਤੀ ਹੈ ਕਾਨੂੰਨ ਇਹ ਕਹਿੰਦਾ ਕਿ ਕਿਸੇ ਕੋਲੇ ਅਧਿਕਾਰ ਨਹੀਂ ਹੈਗਾ ਕਿ ਕਿਸੇ ਵੀ ਗੈਂਗਸਟਰ ਨੂੰ ਫੋਕ ਦੋ ਗੋਲੀ ਮਾਰ ਕੇ ਮਾਰ ਦੋ ਉਹਨਾਂ ਕੋਲੇ ਪੁਲਿਸ ਵੀ ਕਾਨੂੰਨ ਦੇ ਅਧੀਨ ਹੁੰਦੀ ਹੈ ਪੁਲਿਸ ਉਹਨਾਂ ਦਾ ਟਰਾਇਲ ਲਵੇ ਕੋਰਟ 'ਚ ਉਹਨਾਂ ਨੂੰ ਪੁਰੀਸ਼ ਕਰੇ ਤੇ ਦੇਸ਼ ਦਾ ਕਾਨੂੰਨ ਦੱਸੇ ਕਿ ਉਹਨਾਂ ਨਾਲ ਕੀ ਹੋਣਾ ਚਾਹੀਦਾ ਮੇਰਾ ਤਾਂ ਸਵਾਲ ਬਾਈ ਜੀ ਇਹ ਸੀ ਵੀ ਗੈਂਗਸਟਰ ਸਮਾਜ ਦੇ ਵਿੱਚ ਆਉਣ ਵਾਲਾ ਨਹੀਂ ਹੁੰਦਾ ਜਿਹਦੇ ਉੱਪਰ ਕਤਲ ਦੇ ਐਨਕੀ ਨਾਮ ਪਰਜੇ ਤੋਂ ਉੱਠੇ ਤਾਂ ਉਹਨੂੰ ਆਪਾਂ ਸਮਾਜ 'ਚ ਨਹੀਂ ਨਾ ਲਿਆ ਸਕਦੇ ਇਹਦਾ ਸਵਾਲ ਫੇਰ ਜੇ ਉਹ ਬੰਦੇ ਦੇ ਪੁੱਤ ਬਣ ਜਾਣ ਯਾਰ ਫੇਰ ਕੀ ਹੈ ਇਹ ਉਹ ਸਹੀ ਹੈ ਹਾਂ ਫੇਰ ਇਹ ਵੀ ਮੈਨੂੰ ਲੱਗਦਾ ਨਹੀਂ ਹੈਗਾ ਆਪਾਂ ਮੰਨ ਲਓ ਮੇਰਾ ਸਿਰਫ ਸਵਾਲ ਹੈ ਇਹ ਤੁਹਾਡੇ ਖਿਆਲات ਹੈ ਮੇਰੇ ਖਿਆਲات ਹੋਰ ਹੈ ਨਹੀਂ ਮੈਂ ਤਾਂ ਸਵਾਲ ਹੈ ਕਿ ਇਹਨਾਂ ਨੂੰ ਆਪਾਂ ਸਮਾਜ ਦੇ ਵਿੱਚ ਵਾੜੀਏ ਨੀ ਤਾਂ ਅਮੀ ਗੋੜੀ ਮਾਰ ਦਿੰਦੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਤੁਹਾਨੂੰ ਮਾਰ ਦਿੰਨ ਕੱਲ ਨੂੰ ਅਸੀਂ ਬਗਾਵਤ ਬਗੈਰ ਸਾਬ ਸਾਹ ਤੋਂ ਦੇ ਦੋ ਸਭ ਕਰਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਕਿਸਾਨ ਸਭ ਕਰਨ ਦੀ ਕੀ ਜੀ ਖਨੋਰੀ ਬਾਉਡਰ ਤੇ ਹਾਂ ਖਨੋਰੀ ਮੌਤ ਬੜੀ ਐਫ ਆਈ ਆਰ ਜ਼ੀਰੋ ਐਫ ਆਈ ਆਰ ਉਹਦੇ ਉੱਤੇ ਦੇਖੋ ਸਾਰੇ ਅਫਸਰ ਪੰਜਾਬ ਦੇ ਉੱਥੇ ਹਾਜ਼ਰ ਸਿਗੇ ਬਾਰਡਰ ਦੇ ਉੱਤੇ ਉੱਥੇ ਸਾਰੇ ਪੁਲਿਸ ਦੇ ਮਹਿਕਮੇ ਦੇ ਸਿਗੇ ਡੀ ਸੀ ਸੀ ਦੇ ਸਾਰੇ ਫਿਰ ਜ਼ੀਰੋ ਐਫ ਆਈ ਆਰ ਦਾ ਕੀ ਮਤਲਬ ਹੈ ਜਿਹੜਾ ਹਰਿਆਣੇ ਦਾ ਹੋਮ ਮਿਨਿਸਟਰ ਤੇ ਭਾਜਪਾ ਹੈ ਤੇ ਹਰਿਆਣੇ ਦੀ ਪੁਲਿਸ ਹੈ ਤੇ ਸੈਂਟਰ ਦੀ ਹੋਮ ਮਿਨਿਸਟਰੀ ਹੈ ਤੇ ਜਿਹੜੇ ਆਰਐਸਐਸ ਦੇ ਬਦਮਾਸ਼ ਨੇ ਜਿਹੜਾ ਇਹਨਾਂ ਨੇ ਨਵਾਂ ਵਿੰਗ ਬਣਾਇਆ ਮਿਲਟਰੀ ਵਿੰਗ ਉਹ ਉਹਨਾਂ ਨੂੰ ਉਹਨਾਂ ਦੇ ਉੱਤੇ ਉਹਨਾਂ ਦੇ ਨਾਂ ਕਿਉਂ ਨਹੀਂ ਲਿਖੇ ਗਏ ਦੇਖ ਮੰਤਰੀ ਕਿਵੇਂ ਦੇਖਦੇ ਹੋ ਕਿ ਪਹਿਲਾਂ ਕਿਸਾਨਾਂ ਵੱਲੋਂ ਵੀ ਜਿਹੜਾ ਰੇਲ ਰੋਕੋ ਦਾ ਜਿਹੜਾ ਇੱਕ ਕਾਲ ਦਿੱਤੀ ਗਈ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਤੁਸੀਂ ਦੋ ਵਾਰ ਕਾਲ ਦਿੱਤੀ ਹੈਗੀ ਪਰ ਤੁਹਾਨੂੰ ਹੀ ਕਿਉਂ ਰੋਕਿਆ ਜਾਂਦਾ ਹੈਗਾ ਇਹ ਤੁਸੀਂ ਮੈਨੂੰ ਸੰਗਰੂਰ ਵਾਲੇ ਹੋਰ ਤਖੜਾ ਕਰ ਦੋਗੇ ਫਿਰ ਨਹੀਂ ਰੋਕਣਗੇ ਹੋ ਰਹੀ ਮੈਂ ਕਹਿ ਸਕਦਾ ਤਾਂ ਅੱਜ ਅੱਜ ਦੇ ਜਿਹੜੀ ਤੁਹਾਨੂੰ ਘਰ ਦੇ ਵਿੱਚ ਰੱਖਿਆ ਗਿਆ ਤਾਂ ਅੱਜ ਕੀ ਕਹਿਣਾ ਚਾਹੋਗੇ ਤੇ ਅਗਲਾ ਐਕਸ਼ਨ ਤੁਹਾਡੀ ਪਾਰਟੀ ਵੱਲੋਂ ਕੀ ਦਿੱਤਾ ਜਾਊਗਾ ਇਹ ਅੱਜ ਜਿਹੜਾ ਨਤੀਜਾ ਨਿਕਲੂਗਾ ਰੋਕੋ ਦਾ ਉਸ ਤੋਂ ਬਾਅਦ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਤੇ ਦੇਖਾਂਗੇ ਕਿ ਸਾਡੀ ਕੀ ਨਿਕ ਸਟਰੈਂਥ ਹੈਗੀ ਹੈ ਫਿਰ ਉਹਦੇ ਮੁਤਾਬਕ ਅਸੀਂ ਨੈਕਸਟ ਕਹਾਂਗੇ ਪਰ ਮੇਨ ਇਸ਼ੂ ਹੈ ਕਿ ਸਾਡੀਆਂ ਜਿਹੜੀਆਂ ਗੱਲਾਂ ਮੈਂ ਕੀਤੀਆਂ ਇਹਦੇ ਵੱਲ ਸੈਂਟਰ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹ ਗੌਰ ਕਰਦੀ ਤੇ ਪੁਲਿਸ ਦਾ ਮਤਲਬ ਹੈ ਕਿ ਇਹ ਤੁਸੀਂ ਗਵਰਨਮੈਂਟ ਨੂੰ ਇਤਲਾਹ ਦਿਓ ਤੇ ਪੁਲਿਸ ਕਿਉਂ ਨਹੀਂ ਇਤਲਾਹ ਦੇ ਰਹੀ ਕਿ ਆ ਇਹਨਾਂ ਦੇ ਰੋਸ ਹੈਗੇ ਆ ਜਦੋਂ ਮੈਂ ਐਸਐਸਪੀ ਸੀਗਾ ਮੈਂ ਪੂਰੀ ਇਤਲਾਹ ਬਤੌਰ ਐਸਐਸਪੀ ਪਿੰਡਰਾ ਵਾਲਿਆਂ ਦੇ ਜਿਹੜਾ ਇਹ ਜਦੋਂ ਜੈ ਸੀ ਦਿੰਦਾ ਰਿਹਾ ਸੀਗਾ ਕਿ ਨਾ ਕਰੋ ਨਾ ਕਰੋ ਜਿਵੇਂ ਰੇਲਵੇ ਦਾ ਮਾਸਟਰ ਹੈਟ ਸਟੇਸ਼ਨ ਮਾਸਟਰ ਸਿਗਨਲ ਦਿੰਦਾ ਹੈ ਮੈਂ ਤਾਂ ਸਿਗਨਲ ਦੇ ਹੀ ਜਾਂਦਾ ਸੀ ਕਿ ਨਾ ਕਰੋ ਨਾ ਕਰੋ ਇਹਦੇ ਨਾਲ ਬਹੁਤ ਜ਼ਿਆਦਾ ਭਖ ਜੂਗੀ ਗੱਲ ਮਾਨ ਸਾਹਿਬ ਕਿੰਨੇ ਵਜੇ ਤੁਹਾਨੂੰ ਨਜ਼ਰਬੰਦ ਕੀਤਾ ਗਿਆ ਪੁਸਤ ਮੈਨੂੰ ਰਾਤ ਨੂੰ ਕਰਤਾ ਸੀ ਜੀ ਜੀ ਮਾਨ ਸਾਹਿਬ ਵਿਭਾਗ ਨੂੰ ਅੱਜ ਨਜ਼ਰਬੰਦ ਕੀਤਾ ਚ ਮਹੂਰੀਅਤ ਤਦ ਅਧਿਕਾਰ ਤੋਂ ਗਿਆ 31 ਤੋਂ ਟੈਸਟ ਕਰਨ ਦਾ ਕੀ ਸਮਝ ਜੋ ਵੀ ਸਟੇਟ ਗਵਰਨਮੈਂਟ ਸੈਂਟਰ ਦੇ ਇਸ਼ਾਰੇ ਤੇ ਸਭ ਕੁਝ ਕਰ ਬਿਲਕੁਲ ਇਹ ਮਿੰਮਤ ਦੋਨੇ ਹੀ ਨਹੀਂ ਸਾਡੀ ਗੱਲ ਸੁਣ ਰਹੀ ਜੀ ਇਹ ਨਾ ਤਾਂ ਇਹ ਆਮ ਆਦਮੀ ਪਾਰਟੀ ਸੁਣ ਰਹੀ ਹੈ ਇਹ ਵੀ ਸੈਂਟਰ ਦੇ ਨਾਲ ਰਲ ਕੇ ਇਹ ਝੂਠੇ ਮੁਕਾਬਲੇ ਕਰਨ ਲੱਗ ਪਈ ਹੈ ਜਿਹੜੇ ਮੈਂ ਤੁਹਾਨੂੰ ਲਖਾਇਆ ਹੁਣੇ ਦੋਨੋਂ ਇੱਕ ਥੈਲੀ ਦੇ ਵਿੱਚ ਵੜ ਗਏ ਹੈਗੇ ਇਹਦੇ ਸੰਬੰਧ ਵਿੱਚ ਤੁਸੀਂ ਪਹਿਲਾਂ ਵੀ ਰਿਟਨ 'ਚ ਕੰਪਲੇਨਟ ਕੀਤੀ ਸੀ ਮੈਨੂੰ ਲੱਗਦਾ ਸ਼ਾਇਦ ਸਪੀਕਰ ਜੀ ਅਸੀਂ ਡੀਸੀ ਡੀਸੀਆਂ ਨੂੰ ਸਾਰੇ ਮੈਮੋਰੰਡਮ ਡੀਸੀਆਂ ਨੂੰ ਦਿੱਤੇ ਹੈ ਜੀ ਇਹ 22 ਫਿਬਰੂਰੀ ਨੂੰ ਅਸੀਂ ਸਾਰੇ ਡੀਸੀਆਂ ਨੂੰ ਇਹ ਮੈਮੋਰੰਡਮ ਇਹ ਸਾਰੀਆਂ ਗੱਲਾਂ ਦੇ ਦਿੱਤੇ ਹੈ ਇਹਦਾ ਮਤਲਬ ਹੈ ਕਿ ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਸਾਰਾ ਪਤਾ ਹੈ ਕਿ ਕੀ ਹੋ ਰਿਹਾ ਹੈ ਤੇ ਅਜੇ ਤੱਕ ਨੋਟਿਸ ਕਿਉਂ ਨਹੀਂ ਦਿੱਤਾ ਫਿਰ ਹੁਣ ਦੇਖੋ ਕੈਨੇਡਾ ਦੇ ਵਿੱਚ ਇੰਡੀਆ ਦੇ ਹਾਈ ਕਮਿਸ਼ਨਰ ਨੂੰ ਗੱਲ ਹੀ ਨਹੀਂ ਕਰਨ ਦਿੱਤੀ ਉੱਥੇ ਇੰਨੇ ਸਿੱਖ ਇਕੱਠੇ ਹੋ ਗਏ ਹੁਣ ਯੂਕੇ ਦੇ ਵਿੱਚ ਐਂਬੈਸੀ ਨੂੰ ਘੇਰ ਲੱਗ ਪਏ ਐ ਇਹ ਤਾਂ ਮੇਰਾ ਮਤਲਬ ਇੰਟਰਨੈਸ਼ਨਲੀ ਸਿੱਖ ਇੰਨੇ ਡਿਸਟਰਬਡ ਹੋਏ ਪਏ ਐ ਤੇ ਇੰਡੀਆ ਠੀਕ ਐ ਬਾਅਦ ਸਿੱਖਾਂ ਨੂੰ ਮਰਵਾ ਰਹੀ ਹੈ ਪਰ ਇਨੰਡੀਆ ਐਂਬੈਸੀਆਂ ਹੈਗੀਆਂ ਉੱਥੇ ਚਾਰ ਪੰਜ ਬਾਬੂ ਹੈ ਪਰ ਸਿੱਖ ਤਾਂ ਸਾਰੇ ਪਾਸੇ ਸਾਰੀ ਦੁਨੀਆ ਚੋਂ ਫੈਲ ਗਿਆ ਹੁਣ ਮਾウスੀ ਤੰਗ ਦੀ ਕੀ ਐ ਫਲਸਫੀ ਹੁ ਕੰਦੀ ਹੈ ਕਿ ਜਿਹੜਾ ਦਿਹਾਤੀ ਏਰੀਆ ਜੇ ਉਹ ਸ਼ਹਿਰੀਆਂ ਨੂੰ ਘੇਰ ਲਵੇ ਤਾਂ ਫੇਰ ਇਹ ਜਿਹੜੀ ਰੈਵੋਲੂਸ਼ਨ ਹੈ ਜਦੋਂ ਜਾਈ ਤਾਂ ਇਹ ਕਾਮਯਾਬ ਹੋ ਜਾਂਦੀ ਹੈ ਹੁਣ ਇਹ ਇੰਡੀਆ ਐਂਬੈਸੀਸ ਦਾ ਆਪਣੀ ਸਹੀਰ ਖੰਡੀਆਂ ਠਹਿਗੇ ਸਾਰੇ ਪਾਸੇ ਸਿੱਖ ਹੈ ਤਾਂ ਘਰੇ ਹੋਏ ਇਹ ਕਿਵੇਂ ਪੰਗਾ ਲੈ ਸ ਦੇ ਸਕਣ ਵਾਲੇ ਫੜ ਕੇ ਕਿ ਤੁਸੀਂ ਕੈਂਡੀਡੇਟਸ ਮਾਰ ਦੋ ਪਾਕਿਸਤਾਨ ਮਾਰ ਦੋ ਤੇ ਪਾਕਿਸਤਾਨ ਅਜੇ ਤੱਕ ਬੋਲਿਆ ਨਹੀਂ ਕੈਂਡੀਡੇਟ ਤਾਂ ਬੋਲ ਪਿਆ ਮਾਨ ਸਾਹਿਬ ਆਪਣੇ ਕੋਈ ਸਾਥੀ ਵੀ ਗ੍ਰਿਫਤਾਰ ਕੀਤੇ ਗਏ ਨੇ ਹਾਂ ਕਾਫੀ ਬਲੇਡ ਸਾਹਿਬ ਫਿਰ ਉਧਰ ਮਾਜੇ ਦੇ ਵਿੱਚ ਰਿਪੋਰਟਾਂ ਆਈਆਂ ਕਿ ਉਹ ਗ੍ਰਿਫਤਾਰ ਕੀਤੇ ਆ ਕਾਫੀ